ਸਰਕਾਰੀ ਹੋ ਜਾਏਗੀ। ਨੰਬਰ ਲੱਗਾ ਮੇਰਾ ਵੀਰ ਪਹਿਲਾਂ ਓਕੇ ਜੀ ਓਕੇ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਹੈ। ਫਾਈਨਲ ਮੈਚ ਜਿਹੜਾ ਕਿਹੜੇ ਗਰਾਊਂਡ ਦੇ ਵਿੱਚ ਉਹ ਖੇਡੇ ਜਾ ਰਹੇ ਮੇਰੇ ਮਿੱਤਰੋ, ਦੋਨੋਂ ਟੀਮਾਂ ਵੱਡੀਆਂ ਨੇ ਔਰ ਇੱਕ ਪਾਸੇ ਪੰਜਾਬ ਦੀ ਟੀਮ ਹੈ ਔਰ ਗੱਲਾਂ ਬਾਤਾਂ ਕਹਿੰਦੇ ਵੱਡੀਆਂ ਨੇ ਮੁੰਡੇ ਬਠਿੰਡੇ ਵਾਲੇ ਹੈ। ਆਓ ਚਰਚੇ ਕਹਿੰਦੇ ਹੋਣਗੇ ਮੇਰੇ ਮਿੱਤਰੋ ਵੀ ਕੱਚੀ ਪੁੱਛੋ ਭਾਈ ਜੀ ਕਸਹਿਰੇ ਦਾ ਜੋਰ ਵਾਲਾ ਸ਼ਮੀਰ ਦੇ ਵੇਲੇ ਦਾ ਤੇ ਪਿਆਕ ਜਿਹੜੇ ਲੱਸੀ ਦੇ ਸੱਤ ਲੈਣਾ ਪੈਂਦੀਆਂ ਬਠਿੰਡੇ ਸ਼ਹਿਰ ਵਿੱਚ ਬਾਬੂ ਰੌਣਕ ਹੋ ਜਾਂਦੀ ਲੱਸੀ ਦੇ ਰੌਣਕ ਜ਼ਿਆਦਾ ਰਹਿੰਦੀ ਜੋ ਢੰਗੋਰ ਸ਼ਹਿਰ ਸੱਸੀ ਦੀ। ਇੱਧਰ ਕਹਿੰਦੇ ਗੱਭਰੂ ਨੇ ਪਹਿਲਾਂ ਪਿਆਕਾ ਜਿਹੜਾ ਪਾ ਦਿੱਤਾ ਟਾਊਆ ਕਹਿੰਦੇ ਹਰ ਰੈਂਕਰ ਵਾਲਾ ਵੱਡੇ ਵੱਡੇ ਕਹਿੰਦੇ ਟੈਕਣਾ ਦੀਆਂ ਪਾਵਾਂ ਇਹ ਰੋਕਣ ਦਾ ਜਿਗਰਾ ਰੱਖਦਾ ਪਰ ਟਾਊ ਪਾਵਾਂ ਆਹ ਮੁੰਡੇ ਦੀਆਂ ਜੇ ਫੜ ਕੇ ਧਰਤੀ ਦੀ ਹਿੱਸ ਤੇ ਪਾਵੇ ਨਾ ਟੱਪੇ ਦੀ ਗੱਲ ਫੇਰ ਬਣ ਰਹੀ ਹੈ। ਨਾਲ ਨੰਬਰ ਅਗਲਾ ਜੋਟਣ ਲਈ ਕਹਿੰਦੇ ਬਾਜਰੇ ਵਾਲਾ ਛੋਟੂ ਤਿਆਰ ਬਰਕਿਆਰ ਹੈ। ਇੱਕ ਪਾਸੇ ਕਹਿੰਦੇ ਮੇਰੇ ਮਿੱਤਰੋ ਢਾਬਾ ਵਾਲਾ ਸ਼ੇਰੂ ਹੈ ਚੱਲਦੇ ਟਾਈਮ ਦਾ ਕਹਿੰਦੇ ਵੱਡਾ ਬਣਦਾ ਨਾਲ ਸ਼ੇਰੂ ਫੜਾ ਪਰ ਕਹਿੰਦੇ ਜੋਗਿੰਦਰ ਨੇ ਦੱਸਿਆ ਵੀ ਮਿਹਨਤ ਜਿਹੜੀ ਵੱਡੀ ਕੀਤੀ ਹੋਈ ਹੈ ਵੀ ਕਿਉਂ ਆਪਣੇ ਮੱਥੇ ਤੇ ਸਾਨੂੰ ਨਾਜ ਨਹੀਂ ਹੁੰਦਾ ਤੇ ਕਿਉਂ ਨਫ਼ਰਤ ਦਾ ਕੋਈ ਦਵਾ ਇਲਾਜ ਨਹੀਂ ਹੁੰਦਾ ਤੇ ਤੌਰ ਕਿਸੇ ਦੀ ਦੇਖ ਦੇਖ ਕੇ ਖਿੱਚਦੇ ਨਹੀਂ ਹੁੰਦੇ ਬਈ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਔਰ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਵੀ ਦੂਰ ਬਜਾਏ ਕਰਨ ਗੁਲਾਮੀ ਖਿੱਚਦੇ ਨਹੀਂ ਹੁੰਦੇ ਔਰ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਗੁਰਾਂ ਨੇ ਕੋਈ ਨੰਬਰ ਨਹੀਂ ਸਾਂਝੇ ਕਰਦੀ ਮੇਰੇ ਮਿੱਤਰੋ ਮੁੰਡੇ ਹਰ ਰਾਏਪੁਰ ਵਾਲੇ ਆਉਂਦੇ ਆ ਤੇ ਉੱਧਰ 1.25 ਲੱਖ ਹੈ ਹਾਲੇ ਸ਼ੁਰੂਆਤਾਂ ਹੋਈਆਂ ਨੇ ਮੇਰੇ ਮਿੱਤਰੋ ਮੈਚ ਬੜਾ ਟੌਪ ਦਾ ਵੀ ਫਿਗਰ ਫਟਿਆ ਤੇ ਕੂਚ ਦਾ ਹੁਕਮ ਹੋਇਆ ਤੇਰੇ ਸੂਰ ਦੇ ਮਰਦ ਦਲੇਰ ਵੀ ਆ ਕਰੋ ਨਿਕਲ ਪੁੱਤ ਸਰਦਾਰਾਂ ਦੇ ਆਓ ਸ਼ਹਿਰ ਬਣ ਕੇ ਤੇ ਜਿਵੇਂ ਬੇਲੇ ਨਿਕਲਦੇ ਸ਼ੇਰ ਵੀ ਆ ਪਰ ਇੱਧਰ ਇੱਕ ਤੇ ਦੋ ਦੀ ਤੇ ਕਰ ਬਾਕੀ ਦੋਨੋਂ ਟੀਮਾਂ ਦੇ ਵਿੱਚ ਕਦੇ ਵੱਡੇ ਵੱਡੇ ਖਿਡਾਰੀ ਖੇਡਦੇ ਬੈਟਸਮੈਨ ਵੀ ਦੋਨੋਂ ਟੀਮਾਂ ਦੇ ਕਮਾਲ ਦੀ ਆ ਅਟੈਕਰ ਵੀ ਮੰਨੇ ਪਰ ਮੰਨੇ ਆ ਤੇ ਡਿਫੈਂਸਰ ਵੀ ਕਹਿੰਦੇ ਪੂਰੇ ਚੋਟੀ ਰਹੇ ਉਹ ਬੰਦੇ ਸਾਰੇ ਕੇ ਵਾਲੇ ਕਹਿੰਦੇ ਵਿਕਾਸ ਨੇ ਕਮਾਲ ਕਰ ਦਿੱਤੀ ਆ ਹਰ ਕਹਿੰਦੇ ਕਮਾਲ ਦਾ ਨੰਬਰ ਮੁੰਡੇ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਇੱਧਰ ਪੰਜਾਬੀਆਂ ਦਾ ਸੁਧੀਰਾ ਸੈਂਟਰ ਦੇ ਵਿੱਚ ਇਹ ਵੀ ਕਹਿੰਦੇ ਉਹਨਾਂ ਪਿੰਡਾਂ ਦੇ ਵਿੱਚ ਉੱਠ ਕੇ ਆਇਆ ਹੈ ਜਿੰਨਾ ਪਿੰਡਾਂ ਦੇ ਵਿੱਚ ਉਹ ਕਹਿੰਦੇ ਢਾਬਾ ਦਾ ਸ਼ੇਰੂ ਆਇਆ ਹੋਇਆ ਹੈ ਇਹ ਵੀ ਮੁੰਡਾ ਕਹਿੰਦੇ ਉਹਨਾਂ ਪਿੰਡਾਂ ਦਾ ਹੀ ਹੈ ਹਰ ਕਹਿੰਦੇ ਵੱਡੇ ਵੱਡੇ ਮੇਲੇ ਇਹ ਮੁੰਡੇ ਦੇ ਵੀ ਜਿੱਤੇ ਆ ਨਵੀਂ ਉਮਰ ਦਾ ਕਹਿੰਦੇ ਟੌਪ ਦਾ ਖਿਡਾਰੀ ਹੈ ਨਾਲ ਬਾਰਿਕਿਆਂ ਵਾਲਾ ਵੀ ਚਾਸ ਹੈ ਸੱਜੇ ਪਾਸੇ ਵੀ ਮੱਖਣ ਖੜਾ ਵੀ ਤੇਰੇ ਸ਼ਾਨਾ ਬਿਨਾ ਮੰਗਦਾ ਕਿਉਂ ਵੱਖਰੀ ਜੀ ਕੰਮ ਮੱਖਣਾ ਤੇ ਨਾਲ ਮੈਂ ਤੱਕਣਾ ਵੀ ਮਰਦਾ ਹੈੜੀ ਨੂੰ ਹਰਗੀ ਵੀਰੇ ਮਰਦਾ ਹੈ ਜੇ ਤਾਊ ਖੇਡਦਾ ਇਧਰ ਟੈਂਟ ਤੇ ਧੂਰਾ
ਸਿੱਧੂ ਹੈ ਤੇ ਮਾਜਰੇ ਦਾ ਛੋਟੂ ਖੜਾ ਤੇ ਨਾਲ ਜੋਗਿੰਦਰ ਆਸ਼ੂ ਵਰਗੇ ਔਰ ਕਦੇ ਢਾਬਾ ਦੇ ਸ਼ੇਰੂ ਵਰਗੇ ਦੁਨੀਆਂ ਦੇ ਮਹਾਨ ਖਿਡਾਰੀਆਂ ਦੀ ਕਦੇ ਵੱਡੀ ਟੱਕਰ ਹੈ। ਕੋਈ ਟੱਕਰ ਹੋ ਗਈ ਸ਼ੇਰਾਂ ਦੀ, ਖੜ ਕੇ ਦੇਖੋ ਕੁੱਲ ਜਵਾਨਾਂ, ਕੱਪ ਉਹੀ ਉਹ ਜਿੱਤਣਗੇ ਵੀ ਜਿੰਨਾਂ ਦੇ ਦੌੜਿਆ ਪੱਟਾਂ ਦੇ ਵਿੱਚ ਜਾਣਾ, ਕੱਪ ਦੇ ਉਹੀ ਉਹ ਜਿੱਤਣਗੇ ਜਿੰਨਾਂ ਦੇ ਦੌੜਿਆ ਪੱਟਾਂ ਦੇ ਵਿੱਚ ਜਾਣਾ। ਦੋ ਤੇ ਇੱਕ ਦੀ ਟੱਕਰਾਂ ਦਾ ਨਤੀਜਾ ਦੇਖਾਂਗੇ। ਹੁਣ ਦੌੜ ਜਾਊਗਾ ਆਊ ਫਾਰਮਾ ਪਿਆਰੀ, ਸਾਰਾ ਗੱਲਬਾਤ ਸਾਰੀ ਦੀ ਸਾਰੀ ਗੱਲਬਾਤ ਆ, ਮੈਂ ਜੀ ਤੇਰੇ ਤੇ ਖੜੀ ਆ, ਪਰ ਨੰਬਰ ਸ਼ੇਰੂ ਨੇ ਜੋੜ ਦਿੱਤਾ। ਲਓ ਸਾਹਮਣੇ ਨੰਬਰ, ਕਹਿੰਦੇ ਇੱਕ ਹੋਰ ਦੇ ਵਾਧੇ ਹੋ ਗਿਆ ਨੌਜਵਾਨ, ਮੈਂ ਤੇ ਬੜਾ ਟੌਪ ਦਾ ਵੀ ਜਿੱਤ ਕੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾਂ ਵਾਰੇ ਕਲਮਾਨਾ ਪਿੱਛੇ ਨਾਲ ਖੰਡੇ ਨਾਲ, ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ਾਨ ਦੇ ਨਾਲ ਪਿਆਰ ਨਾਲ ਲਾਲ ਚੰਜਾ ਡੰਡੇ ਨਾਲ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਹਰ ਚਰਚੇ ਹੋਣਗੇ ਜ਼ਰੂਰ, ਪਰ ਮੈਚ ਬੜਾ ਟੌਪ ਦਾ ਮੇਰੇ ਮਿੱਤਰੋ, ਫਾਈਨਲ ਮੈਚ ਖੇਡਿਆ ਜਾ ਰਿਹਾ, ਅੱਜ ਦੇ ਸਫ਼ਰ ਦੇ ਕੱਪ ਦਾ ਧੜ ਦੇਣ ਦੀ ਧਰਤੀ ਆ, ਔਰ ਥੋੜੇ ਜਿਹੇ ਵੱਡੇ ਵੱਲੋਂ ਵੀ ਟੱਕਰ ਆ। ਪ੍ਰਾਈਜ਼ ਹੈਗਾ ਵੀਰੇ 31,000 ਅੱਜ ਯਾਦ ਰੱਖੀ, ਨਾ ਨਾ ਜਰੂਰ ਵੀਰੇ ਜਰੂਰ, ਨਾ ਮੈਂ ਕਹਿਣਾ ਜੇ ਤੇ ਨਾ ਦੱਸਤਾ ਬਈ ਤੂੰ ਅੱਜ ਤੋਂ ਬਾਅਦ ਆਪਾਂ ਤੈਨੂੰ ਮੈਂ ਤੈਨੂੰ ਉਹੀ ਕਹਿਣਾ ਨਾ ਨਾ ਦੱਸੀ ਤੈਨੂੰ ਆਪਾਂ ਜਿੱਥੇ ਮਿਲਾਂਗੇ ਤੈਨੂੰ ਪਹਿਲਾਂ ਪਛਾਣ ਕੇ ਮਿਲਾਂਗੇ। ਬਾਲ ਵੀ ਲਵਾਏ ਹੋਣੇ 50,000 ਇੱਥੇ ਕਹਿੰਦਾ ਸੀਗਾ ਵਧੀਆ ਕਰ ਗਿਆ ਪਰ 11,000 ਜਿਹਦੇ ਨਾਲ ਰਿਹਾ ਨਹੀਂ ਰਿਹਾ ਨਹੀਂ ਬਿਲਕੁਲ ਬਾਈ ਬਿਲਕੁਲ ਟੀਮ ਸਾਡੀ ਬੈਸਟ ਸੀ ਮੋਦੀ ਉਹਦੇ ਨਾਲ ਹੀ ਫਰਕ ਪੈ ਜਾਂਦਾ ਬਾਈ। ਮੁਕਾਬਲਾ ਜਿਹੜਾ ਬਹੁਤ ਸੋਹਣਾ ਖੇਡਿਆ ਜਾ ਰਿਹਾ ਗਰਾਊਂਡ ਦੇ ਵਿੱਚ, ਉਧਰ ਸਾਡੀ ਜ਼ਿੰਦਗੀ ਦੇ ਬੜੇ ਪਿਆਰੇ ਤੇ ਸਤਿਕਾਰਯੋਗ ਬੰਦੇ ਨੇ ਭਾਈ ਸੱਤੀ ਧਾਲੀਵਾਲ ਨਾਲ, ਬਾਈ ਜਿੰਦੂ ਮੰਡੋਰ ਰਾਜੂ ਮਾਨ ਤੇ ਨਾਲ ਭਰਾ ਸਾਡਾ ਅੰਮ੍ਰਿਤ ਮਾਨ, ਜ਼ਿੰਦਗੀ ਦੇ ਰੰਗ ਸਜਣੇ ਵੀ ਪੁੱਜੇ ਹੋਏ ਆ। ਆਓ ਕਹਿੰਦੇ ਮੇਰੇ ਮਿੱਤਰੋ ਟੌਪ ਦਾ ਮੇਲਾ ਖੇਡਿਆ ਜਾ ਰਿਹਾ ਹੈ, ਇੱਕੋ ਟੌਪ ਘਬਰਾਉਂਦੀ ਰਹੀਆਂ ਨੀ ਜੱਟ ਫੋਕੇ ਫੈਕਟਰ ਨਾਮ ਵਾਲੇ, ਬੜੀ ਵੱਡੀ ਆ ਢਾਲੀ ਜੱਟਾਂ ਲਈ, ਨਿਮਰ ਦੇਣੇ ਦਿਖਾਤੀ ਜਾਤ ਨਾਲੇ, ਮੈਨੂੰ ਮਾਣ ਬਣਾਏ ਉਹਨਾਂ ਤੇ ਲਾ ਕੇ ਮੋਢਾ ਜੀ ਮੇਰੇ ਨਾਲ ਖੜੇ, ਫੱਟੇ ਚੱਕ ਦੇਣਗੇ ਨੀ ਹੈਗੇ ਸੁੱਖ ਨਾਲ ਮਿੱਤਰਾਂ ਦੇ ਯਾਦ ਦੇਣੇ, ਫੱਟੇ ਚੱਕ ਦੇਣਗੇ ਨੀ ਹੈਗੇ ਸੁੱਖ ਨਾਲ ਮਿੱਤਰਾਂ ਦੇ ਯਾਦ ਦੇਣੇ। ਅੱਜ ਕਹਿੰਦੇ ਯਾਰਾਂ ਦਾ ਮੇਲਾ ਭਾਵਾਂ ਦਾ ਮੇਲਾ ਹੈ, ਉਹਨਾਂ ਦੀ ਗੱਲਬਾਤ ਜਿਹੜੀ ਸਿਰੇ ਹੋਈ ਪਈ ਹੈ, ਰਿਕਾਰਡ ਜਿਹੜੇ ਕਈ ਬਣ ਗਏ ਮੇਲੇ ਮੇਰੇ ਮਿੱਤਰੋ, ਹੁੰਦੇ ਪੰਜਾਬ ਚ ਤਕਰੀਬਨ ਹਰ ਰੋਜ਼ ਪਰ ਮੇਲੇ ਫਿਰਨੇ ਤਾਂ ਦੇ ਹੁੰਦੇ ਇੱਦਾਂ ਦੇ ਜਿੱਥੇ ਮੈਚ ਬੜੇ ਖੜਕੇ ਲੜਕੇ ਵਾਲੇ ਹੁੰਦੇ ਆ, ਪਰ ਕਿਉਂਕਿ ਭਰਾਵਾਂ ਨੇ ਪ੍ਰਬੰਧ ਬੜੇ ਤਾਲਵੇ ਕੀਤੇ। ਲਓ ਨੰਬਰ ਇੱਧਰ ਇੱਕ ਹੋਰ ਜਿਹੜਾ ਯੂਪੀ ਦੀ ਟੀਮ ਦੇ ਖਾਤੇ ਵਿੱਚ ਆ, ਪੰਡਿਤ ਜੀ ਕਿੰਨੇ ਕਿੰਨੇ ਪੁਆਇੰਟ ਨੇ, 4-2 ਜੀ ਖੇਡ ਖੇਡੀ ਜਾ ਰਹੀ ਹੈ, 4 ਨੰਬਰ ਯੂਪੀ ਵਾਲੇ ਮੁੰਡਿਆਂ ਦੇ ਆ, ਤੇ 2 ਨੰਬਰ ਇੱਥੇ ਮੈਂ ਵੇਖਦਾ ਕਿਹੜੇ ਗਰਾਊਂਡ ਦੇ ਵਿੱਚ ਪੰਜਾਬ ਦੀ ਟੀਮ ਦੇ ਆ, ਆਹ ਬਠਿੰਡੇ ਵਾਲੇ ਮੁੰਡਿਆਂ ਦੇ ਹੈਗੇ ਜੀ, ਆਉਣ ਵਾਲੇ ਕਿਸੇ ਵੀ ਵੱਡੇ ਮੇਲੇ ਦੇ ਉੱਤੇ ਨਸੂ ਵਾਲੀਏ ਤਰਸੇਮ ਪ੍ਰਧਾਨ ਦਾ ਜੋ ਸਾਡਾ ਵੀਰ ਜਲ ਪਾਣੀ ਦੀ ਸੇਵਾ ਕਰਦਾ, ਉਹਦਾ ਮਾਣ ਜਿਹੜਾ
ਸੁਪਨਰ ਵੀਰਾਂ ਵੱਲੋਂ 2000 ਦੀ ਨਗਦਰਾਸ਼ੀ ਦੇ ਨਾਲ ਕੀਤਾ ਜਾਣਾ। ਬਹੁਤ ਬੜਾ ਧੰਨਵਾਦ ਸਾਡੇ ਤੇ ਸਤਿਕਾਰ ਔਰ ਤਮਾਮਾਂ ਨੇ ਮੇਰੇ ਮਿੱਤਰ ਧੰਨਵਾਦ ਜਿਹੜੇ ਭਰਾ ਪੰਡਿਤ ਜੀ ਸਾਡੇ ਪਾਣੀ ਵਾਲੇ ਵੀਰਾਂ ਦਾ ਮਾਣ ਕਰਦੇ ਆ। ਪੰਡਿਤ ਜੀ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਦਸਾਂ ਨੂੰ ਹਜ਼ਾਰ ਤੇ ਕਮਾਈ ਦੇ ਵਿੱਚੋਂ ਪੰਡਿਤ ਜੀ ਕਰਦੇ ਆ। ਪਰ ਇਧਰ ਮੈਚ ਮੇਰੇ ਵਿੱਚੋਂ ਉਹ ਕਹਿੰਦੇ ਟੱਕਰ ਵੱਡੀ ਆ, ਪਰ ਮੈਚ ਜਿਹੜਾ ਬੜਾ ਵਧੀਆ ਖੇਡਿਆ ਜਾ ਰਿਹਾ ਪੱਲੇ 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 ਤਿੰਨ ਚਾਰ ਆ ਜੀ, ਹਰ ਰਾਏਪੁਰ ਦੇ ਚਾਰ ਸਕੋਰ ਨੇ, ਸੇਰੂ ਦੇ ਤਿੰਨ ਆ ਵੀਰੇ ਚਾਰ ਤੇ ਤਿੰਨ ਦੀ ਟੱਕਰ ਹੈ ਜੀ ਗਰਾਊਂਡ ਦੇ ਅੰਦਰ, ਚਾਰ ਤਿੰਨ ਹੈ ਜੀ। ਔਰ ਨੰਬਰ ਇੱਧਰ ਮੁੰਡਿਆਂ ਨੇ ਕਮਾਲ ਕਰ ਦਿੱਤੀ ਹੈ, ਇਹ ਪੰਜਾਬ ਦੀ ਧਰਤੀ ਦਾ ਗੱਭਰੂ ਕਹਿੰਦੇ ਵਾਸ਼ ਮਸ਼ੀਨ ਦਾ ਜੇਤੂ ਰਿਹਾ, ਉਹ ਦੁਨੀਆਂ ਨਚਾਈ ਮੁੰਡੇ ਨੇ, ਇਹਦੇ ਗੱਲਾਂ ਬਾਤਾਂ ਵਧੀਆ ਨੇ ਮੇਰੇ ਮਿੱਤਰੋ। ਵੀ ਦਾਦਿਆਂ ਪੜਦਾਦਿਆਂ ਨੇ ਬਹੁਤਾਂ ਨਾਲ ਜੋੜੀਆਂ ਸੀ, ਬੇਟਿਆਂ ਨੇ ਤਾੜੀਆਂ ਵਜਾਈਆਂ, ਕਈਆਂ ਨੇ ਜਹਾਜ਼ਾਂ ਦੇ ਝੂਟੇ ਲਈ ਵੀਰੇ ਭਾਈਆਂ ਨਾਲ ਭੈਣਾਂ ਵੀ ਵਿਆਹ ਤੀਆਂ, ਤਾਲ ਦੇ ਨਾਲ ਲੋਕ ਡਾਰੇ, ਉਹ ਵੀ ਤਾਂ ਕਨੇਡਾ ਭਾਰੇ। ਤੇ ਜਿਹੜਾ ਬੰਦਾ ਜ਼ਿੰਦਗੀ ਚ ਸੰਗਰੂਰ ਨਹੀਂ ਗਿਆ, ਸਾਈਕਲਾਂ ਸਕੂਟਰਾਂ ਨੂੰ ਲੱਗੇ ਨੇ ਬਥੇਰੇ, ਤੇ ਪੰਗਿਆਂ ਦਾ ਵੀਰੇ ਕੋਈ ਸਟੈਂਡ ਨਹੀਂ ਰਿਹਾ, ਸਾਈਕਲਾਂ ਸਕੂਟਰਾਂ ਨੂੰ ਲੱਗੇ ਨੇ ਬਥੇਰੇ, ਤੇ ਬੰਦਿਆਂ ਦਾ ਯਾਰੋ ਕੋਈ ਸਟੈਂਡ ਨਹੀਂ ਰਿਹਾ। ਲੋਕੀ ਗੱਲਾਂ ਕਰਦੇ ਆ, ਜੰਗ ਪ੍ਰਣ ਦੀਆਂ ਲਿਖੀਆਂ ਹੋਈਆਂ ਲਾਈਨਾਂ ਨੂੰ ਅਫਸਰ ਬਣਾਏ ਬੋਲਦੇ ਆ, ਪੰਜਾਬ ਵਾਲਾ ਪੰਜਾਬ ਵਾਲਾ ਖੜਦਾ ਮੈਂ ਤੇ ਮੇਰਾ ਟੌਪ ਦਾ। ਪਰ ਇਧਰ ਤੇ ਚਾਂਗਰੀ ਵਾਲਾ ਵੀ ਆਹ ਮੇਰੇ ਮਿੱਤਰੋ ਗੱਲਾਂ ਟਿਕਾਣੇ ਲਾਉਂਦਾ, ਇਹ ਵੀ ਯਾਰ ਉਹਨਾਂ ਯਾਰ ਹੈ। ਜੇ ਵਰਿੰਦਰ ਟੂਰ ਆਉਣਾ ਹੁੰਦਾ ਵਾਲੀਬਾਲ ਦੇ ਵਿੱਚ ਤੇ ਇੱਥੋਂ ਤੱਕ ਮੈਂ ਨਹੀਂ ਸੀ ਆਉਣਾ, ਇਹ ਗੱਲ ਜਿਹੜੀ ਪੱਕੀ ਹੈ। ਔਰ ਜਿਹੜਾ ਤੁਸੀਂ ਮੇਰਾ ਸਾਥ ਦਿੱਤਾ ਸ਼ੁਰੂਆਤੀ ਦੌਰ ਦੇ ਵਿੱਚ, ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ, ਹਮੇਸ਼ਾ ਰਿਣੀ ਰਵਾਂਗੇ ਤੁਹਾਡੇ। ਔਰ ਤੇਰਾ ਵੀ ਰਿਹਾ ਨਾਲ ਸਹੀ ਚੌਂਦੀ ਦਾ, ਤਲਵੰਡੀ ਦੇ ਦਿਲਸ਼ਾਹ ਦਾ,
ਜਦੋਂ ਧੰਗਣਾ ਆਉਣਾ ਬੜਾ ਸਾਥ ਦਿੱਤਾ ਵੀਰਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ, ਪਰ ਇਹ ਫਿਰ ਗੱਭਰੂ ਗਲਤੀ ਕਰ ਗਿਆ ਮੇਰੇ ਮਿੱਤਰੋਂ ਬਿਆਨ ਦੇ ਅੰਦਰ। ਲੈ ਵੀ ਪੰਜ ਚਾਰ ਹੋ ਗਏ ਤੇ ਛੇ ਚਾਰ ਹੋ ਗਏ ਜੀ, ਪੰਜ ਚਾਰ ਹੀ ਹੈ। ਲੈ ਵੀ ਪੰਜ ਤੇ ਜਿਹੜਾ ਚਾਰ ਦਾ ਮੁਕਾਬਲਾ ਹੈ, ਉਧਰ ਗੁਰੀ ਕਹਿੰਦਾ ਵੀ ਸਕਰਾਤ ਦੱਸੋ ਕੀ ਹੋ ਗਿਆ। ਮੇਰੀ ਬੇਨਤੀ ਹੈ ਦੱਸ ਦੋ ਗੁਰੀ ਨੂੰ ਵੀ ਪੰਜ ਦੇ ਚਾਰ ਦਾ ਮੁਕਾਬਲਾ ਖੇਡਿਆ ਜਾ ਰਿਹਾ ਨੰਬਰ ਛੇਵਾਂ ਜੋ ਬੰਦਰੀ ਗੱਭਰੂ ਕਹਿੰਦੇ ਤਿਆਰ ਪਰ ਤਿਆਰ ਨੇ ਆਪਣੀ ਟੀਮ ਦੇ ਲਈ ਵੀ ਮੁੜ ਕੇ ਮੁੜ ਕੀ ਹੋ ਗਿਆ ਕੱਜਾ ਜੋਰ ਕਿਉਂ ਫਰਾਗਾ ਤੇ ਕੰਡਾ ਦੀ ਵੀ ਚੁੱਕਦਾ ਜਿਸਮਤ ਠੋੜ ਕਿਉਂ ਫਰਾਗਾ ਔਰ ਕਦੀ ਜਵਾਨੀ ਗਰਮ ਖੋਲ ਲਗਾ ਦੇ ਤਾਂ ਵੱਜਦੇ ਰਾਜੇ ਖੇਲੇ ਮਰਦ ਬਾਬੋ ਡਰ ਕੇ ਨਹੀਂ ਭੱਜਦੇ ਵੀ ਰਾਜੇ ਖੇਲੇ ਮਰਦ ਬਾਬੋ ਔਰ ਡਰ ਕੇ ਨਹੀਂ ਭੱਜਦੇ ਪਰਦਾਂ ਦੀ ਖੇਡਾ ਕਦੇ ਦਰੇਰਾਂ ਦੀ ਖੇਡਾ। ਇਹ ਆਸ਼ੂ ਆਸ਼ੂ ਤਕੜਾ ਪਣ ਜੋੜ ਗਿਆ ਮੁੰਡਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਵੀਰ ਸਾਡਾ ਸਾਥ ਦੇ ਰਹੇ ਅੱਜ ਦੇ ਇਸ ਖੇਡ ਟੂਰਨਾਮੈਂਟ ਦੇ ਲਈ ਸਾਰੇ ਲਾਈਵ ਵਾਲੇ ਵੀਰਾਂ ਦਾ ਮੈਂ ਤੇ ਵਿਸ਼ੇ ਤੌਰ ਤੇ ਧੰਨਵਾਦ ਕਰਾਂਗਾ ਇੱਕ ਵਾਰ ਫਿਰ ਤੋਂ। ਹੈਲੋ ਕਮਾਨ ਕਰ ਦਿੱਤੀ ਹੈ ਬਹੁਤ ਤਗੜਾ ਪੁਆਇੰਟ ਬੰਦੇ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਗੱਲਾਂ ਕਹਿੰਦੇ ਲੱਖ ਰੁਪਏ ਨੇ ਟਿਕਾਣੇ ਦੇ ਵਿੱਚ ਵੱਡਾ ਮੈਚ ਆ ਉਹਦੇ ਕਹਿੰਦੇ ਹਾਰਾ ਇੱਧਰ ਬਣੇ ਵੀ ਚੰਗੇ ਸਤਾਤਾਂ ਦੇ ਚੰਗੇ ਹੋਏ ਆ ਵੀ ਭਰਿਆ ਜੇ ਹੋਵੇ ਗੀਜਾ ਤੇ ਜ਼ਿੰਦਗੀ ਦਾ ਮੇਲਾ ਹੁੰਦਾ ਹੈ ਪੁੱਛਦਾ ਨੀ ਕੋਈ ਇੱਥੇ ਜੇ ਵੀ ਪੱਲੇ ਢਿੱਲਾ ਹੁੰਦਾ ਤੇ ਬਹਿ ਕੇ ਪੈਰਾਂ ਵਿੱਚ ਸਿੱਖੇ ਅਸਲੀ ਉਹ ਕੇਲਾ ਹੁੰਦਾ ਤੇ ਸਿਰ ਦੇ ਵਿੱਚ ਪੱਜੇ ਸਦਾ ਜੋ ਉਸੇ ਨੂੰ ਸਾਜ ਕਹਿੰਦੇ ਤੇ ਜੀਤੋ ਗੁਣ ਲਈਏ ਕਾਕਾ ਹਾਂਜੀ ਹਾਂਜੀ ਜਸ ਬਾਲਮੀਕੀ ਜੀ ਸ਼ੇਅਰ ਕਰਿਓ ਵੀਰੇ ਸ਼ੇਅਰ ਸਾਰੇ ਭਰਾ ਜੀ ਤੋਂ ਗੁਣ ਲਈਏ ਕਾਕਾ ਤੇ ਉਹ ਉਸਤਾਦ ਕਹਿੰਦੇ ਗੱਲ ਤੇ ਬਹੁਤ ਵੱਡੀ ਕਹੀ ਹੈ ਵੱਡੇ ਵੀਰ ਨੇ ਔਰ ਇੱਕ ਗੱਲ ਪੱਕੀ ਹੈ ਮੈਂ ਕਹਿੰਦਾ ਅੱਜ ਕੱਲ ਕੋਈ ਵੀਰ ਜਿਹੜਾ ਮੁਕਾਮ ਹਾਸਲ ਕਰ ਲਵੇ ਇਹਦੇ ਤੋਂ ਖੜਦਾ ਬਹੁਤ ਘੱਟ ਹੈ ਗੁਰੂ ਪੁੱਤਰ ਜਦੋਂ ਕੋਈ ਬੰਦਾ ਬਣ ਜਾਂਦਾ ਨਾ ਕੁਛ ਨਾ ਕੁਛ ਕਿਸੇ ਮੁਕਾਮ ਦੇ ਵਿੱਚ ਕੋਈ ਮੁਕਾਮ ਹਾਸਲ ਕਰ ਲੈਂਦਾ ਕਿਸੇ ਫੀਲਡ ਦੇ ਵਿੱਚ ਤੇ ਬਾਕੀ ਉਹਨੂੰ ਕੀੜੇ ਪਕੌੜੇ ਦੱਸਣ ਲੱਗ ਜਾਂਦੇ ਆ ਇਹ ਗੱਲ ਜਿਹੜੀ ਪੱਕੀ ਹੈ ਵੀ ਚੜ ਜਾਵੇ ਗੁੱਡੀ ਬਹੁਤੀ ਹਵਾ ਨਹੀਂ ਕਰੀਦੀ ਆ ਕੇ ਸਰਕਾਰ ਵਿੱਚ ਗੱਲ ਨਹੀਂ ਕਰੀਦੀ ਉਹਦੇ ਰੰਗਾਮਾ ਕੁਝ ਪਤਾ ਲੱਗੇਗਾ ਕਈ ਵਾਰੀ ਡਾਢੇ ਦੁੱਖ ਪੈਂਦੇ ਕਰਨੇ ਹੈ ਕਰਦਾ ਮਾਨ ਦੱਸ ਕੇ ਵੀ ਗੱਲ ਦਾ ਇੱਥੇ ਜੱਜਾਂ ਨੂੰ ਵੀ ਪੈਂਦੇ ਆ ਵਕੀਲ ਕਰਦੇ ਬਈ ਕਰਦਾ ਬਾਗ ਦੱਸ ਕਿਹਦੀ ਗੱਲ ਦਾ ਬਈ ਇੱਥੇ ਜੱਜਾਂ ਨੂੰ ਵੀ ਪੈਂਦੇ ਆ ਵਕੀਲ ਕਰਦੇ ਜਦੋਂ ਜਿਹੜੀ ਮੇਰੇ ਮਿੱਤਰੋ ਚੰਗੇ ਮਾੜੇ ਟੈਮ ਦੀ ਹੁੰਦੀ ਹੈ ਜਦੋਂ ਸਮਾਂ ਮਾੜਾ ਹੋਵੇ ਤੇ ਫਿਰ ਮੇਰੇ ਮਿੱਤਰੋ ਸਿਆਣੇ ਗੱਲਾਂ ਕਰਦੇ ਦੀ ਕੋਰ ਦੇ ਬੈਠਿਆਂ ਨੂੰ ਵੀ ਚਿੱਟਾ ਵੱਧ ਜਾਂਦਾ ਹੈ ਇਹ ਵੀ ਕਹਿੰਦੇ ਜਦ ਮੇਰੇ ਮਿੱਤਰੋ ਸਿਆਣਿਆਂ ਨੇ ਕੁਝ ਸੋਚ ਵਿਚਾਰ ਕੇ ਸੋਚੀ ਹੋਈ ਪਰ ਆਮ ਮੈਚ ਬੜਾ ਤਗੜਾ ਸ਼ੁਰੂ ਹੈ ਤੂੰ ਤੋੜ ਜਾਂ ਪੱਤੀ ਹੈ ਤੇ ਕੰਨ ਸਿਰਾਂ ਦੀ ਰੱਖ ਟਿਕਾਣੇ ਜਿਹੜੀ ਲੱਗ ਜਾਣੀ ਹੈ ਵੱਡਾ ਮੈਚ ਹੈ ਬਾਹਰ ਲੱਗਦਾ ਓਕੇ ਪੰਡਿਤ ਜੀ ਪੰਡਿਤ ਦੀਆਂ ਸਟੋਰੀਆਂ ਵੀ ਵੇਖਣ ਵਾਲੀਆਂ ਹੁੰਦੀਆਂ ਨੇ ਇਹ ਵੀ ਯਾਰਾਂ ਦਾ ਯਾਰ ਸਟਾਰਾਂ ਦੀ ਸਟਾਰ ਹੈ
ਟਾਕਰ ਵਾਲੇ ਪਿੰਡ ਜਿਹੜੇ ਮਲੇਰ ਕੋਟਲੇ ਦਾ ਪਿੰਡ ਹੈ। ਹਾਂਜੀ ਹਾਂਜੀ ਰਣਪ੍ਰੀਤ ਸੰਧੂ ਭਰਾ ਸਾਡੇ ਦਾ। ਹਾਂ ਹੈਲੋ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਵੀਰ ਭਾਈ ਜਪਿੰਦਰ ਕੋਕਰੀ ਕਨੇਡਾ ਉਹ ਵੀ ਲਾਈਵ ਜੁੜੇ ਹੋਏ ਆ ਜਿਹੜੇ ਬੰਦੇ ਤੱਕ ਦੇ ਨਾਲ ਹੈ ਅਤੇ ਤੁਸੀਂ ਕਹਿੰਦੇ ਵੀ ਗੱਲ ਪਾ ਲਈ ਨੰਬਰ ਕਿੰਨੇ ਵਾਲਾ ਮੇਰਾ ਵੀ ਦੱਸੋ ਕਰੀ ਆਸ਼ਿਕ ਖਾਨ ਜੈਦ ਗੌਰ ਜੀ ਬਹੁਤ ਬਹੁਤ ਧੰਨਵਾਦ ਲਾਈਵ ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਸਾਰੇ ਸਾਹਿਬ ਜੀ ਕੰਬੋ ਸਾਹਿਬ ਵੈਲਕਮ ਬਾਈ ਵੈਲਕਮ ਨਵੀਂ ਸੱਤ ਪੰਜੀਆਂ ਦਾ ਪੁਆਇੰਟ ਹੈ ਉੱਧਰ ਹਰਪ੍ਰੀਤ ਚਹਿਲ ਖੇੜੀ ਵਾਲਾ ਪੀਤਾ ਵੀ ਕਹਿੰਦੇ ਲਾਈਕ ਤੇ ਆ ਗਿਆ ਖੇੜੀ ਵਾਲੇ ਪੀਤੇ ਨੂੰ ਲੋਕਾਂ ਨੇ ਕਹਿੰਦੇ ਸਮਾਰਟ ਬੈਡ ਤੇ ਸਮਾਰਟ ਬੋਆਏ ਬੈਡ ਤੇ ਸੱਦਿਆ ਔਰ ਵੱਡਾ ਮੈਂ ਧੰਨਵਾਦ ਕਰਾਂਗਾ ਸਾਡਾ ਭਰਾ ਕਨੇਡਾ ਦਾ ਕਹਿੰਦੇ ਵੱਡੇ ਕੱਪ ਦਾ ਜੇਤੂ ਬਣਿਆ ਵੀ ਸਾਰੇ ਆ ਗਏ ਸਮਾਰਟ ਮੁੰਡਾ ਪੀਤੇ ਨੂੰ ਹੱਸ ਦਿੰਦਾ ਟਾਲ ਨਾ ਹੋ ਤੇ ਸਭ ਖੇਡਾਂ ਦਾ ਕਰੇ ਸਿੱਟਾ ਪੈ ਜੂਗਾ ਸਾਡੇ ਜਿੰਨੇ ਵੀ ਕੰਨਾਂ ਨੇ ਵੀ ਲਾਈਵ ਤੱਕ ਨੇ ਜਦੋਂ ਸਟੇਟ ਟੂਰਨਾਮੈਂਟ ਨੂੰ ਯਾਨੀ ਪੰਜ ਦੇ ਸੱਤ ਦਾ ਮੁਕਾਬਲਾ ਦੋ ਪੁਆਇੰਟਾਂ ਦਾ ਫਰਕ ਹੈ ਨੰਬਰ ਛੇ ਦਾ ਕੋਈ ਜੋੜ ਹੈ ਪਰ ਢਾਬਾ ਵਾਲਾ ਕਹਿੰਦੇ ਬਾਰਾਂ ਫੇਟਾ ਨੰਬਰ ਦੇ ਮੁੰਡੇ ਨੇ ਇੱਕ ਹੋਰ ਜੋੜ ਦਿੱਤਾ ਆਪਣੀ ਟੀਮ ਦੇ ਲਈ ਵੀ ਜਿਗਰਾ ਬਲੋਰ ਤੇ ਪੂਰੀ ਬਾਬੇ ਦੀ ਹੈ ਮੇਹਰ ਸ਼੍ਰੀ ਮਾਤੇ ਦੇ ਥਾਪੀ ਤੇ ਬਾਪੂ ਆਖਦਾ ਏ ਸ਼ੇਰ ਲਿਖੇ ਸਾਡੀ ਜਾਨ ਵਾਲੇ ਕਿੱਸੇ ਤੇ ਪਾਣੀ ਪੱਟ ਦੇ ਪਿਛਾਹ ਵੱਲ ਮੋੜ ਦਿੰਦੇ ਆ ਮਿੱਤਰਾਂ ਦੀ ਜ਼ਿੰਦਗੀ ਨੂੰ ਵੇਣ ਕਰੇਗੀ ਖੇਡ ਜਿਹੜੀ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ ਫਾਈਨਲ ਮੈਚ ਹੈ ਮੇਰੇ ਮਿੱਤਰੋ ਜਿਹੜਾ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਹੈ ਵਧੀਆ ਮੈਚ ਹੈ ਮੇਰੇ ਮਿੱਤਰੋ ਦੇ ਵਿੱਚ ਖੇਡਿਆ ਜਾ ਰਿਹਾ ਜਦੋਂ ਸਿਖਰ ਦੇ ਕੱਪ ਤੇ ਪਰ ਇੱਧਰ ਬਾਲ ਜਿਹੜੀ ਆਊਟ ਹੈ ਗਰਲਾਲ ਪੰਜ ਦੀ ਟੱਕਰ ਤਿੰਨ ਪੁਆਇੰਟਾਂ ਦਾ ਫਰਕ ਜਿਹੜਾ ਗਰਲਾਲ ਗਰਾਊਂਡ ਦੇ ਵਿੱਚ ਪੈ ਚੁੱਕਿਆ ਮੈਂ ਇੱਧਰ ਹਰ ਰਾਜਪੁਰ ਵਾਲਿਆ ਕੋਈ ਆਉਂਦੀ ਜਾਂਦੀ ਬਾਲ ਤੋਂ ਫੜੇ ਨਾ ਮਿੱਤਰਾ ਤੇ ਬਾਲ ਫੜ ਕੇ ਢਾਬਾ ਵਾਲੇ ਸ਼ੇਰੂ ਦੇ ਗਿੱਟਿਆਂ ਦੇ ਵਿੱਚ ਟੱਪਾ ਪਵੇ ਤੇ ਗੱਲ ਤੇ ਫੇਰ ਬਣਨੀ ਹੈ ਨੌਜਵਾਨ ਔਰ ਇਹ ਵੀ ਗੱਲਾਂ ਕਹਿੰਦੇ ਬੀਬੀਆਂ ਨੇ ਮੇਰੇ ਮਿੱਤਰੋ ਵੀ ਇੱਕ ਤੇ ਇੱਕ ਦੋ ਹੁੰਦੇ ਆ ਇੱਕ ਤੇ ਇੱਕ ਗਿਆਰਾਂ ਬਈ ਮੈਂ ਫੁਲਵਾਰੀ ਆ ਮਿੱਤਰੋ ਵਿਗੜੇ ਹੋਏ ਯਾਰਾਂ ਦੀ ਠਰਕੀ ਨੀ ਚੰਗਾ ਲੱਗਦਾ
ਜੈਦ ਗੌਰ, ਜੈਦ ਗੌਰ ਕਹਿੰਦਾ ਜੀ ਸੁਧੀਰ ਸ਼ੇਰੂ ਦੇ ਸਿੰਗਲ ਹੈਂਡ ਲਾਵੇ ਤਾਂ 200 ਦੇਵਾਂਗੇ। ਜੈਦ ਗੌਰ ਕਹਿੰਦਾ ਜੀ ਸੁਧੀਰ ਸ਼ੇਰੂ ਦੇ ਸਿੰਗਲ ਹੈਂਡ ਬਾਲ ਲਾਉਂਦਾ ਤਾਂ 200 ਰੁਪਈਆ ਦੇ ਦਾਂਗੇ। ਜਾਦੂਗਰ ਜੈਦ ਗੌਰ ਸਾਡਾ ਵੀਰ ਕਹਿ ਰਿਹਾ ਵੀ ਜੇ ਸੁਧੀਰ ਸ਼ੇਰੂ ਦੇ ਸਿੰਗਲ ਹੈਂਡ ਲਾਵੇ ਤੇ ਰੁਪਈਆ 200 ਦਿੱਤਾ ਜਾਵੇਗਾ। 200 ਦੇ ਨਾਲ ਵੱਡੇ ਜਿਹੜੇ ਮਾਰ ਪਿਆਰ ਦਿੱਤੇ ਜਾਣਗੇ। ਲੋ ਸਾਈਡਾਂ ਜਿਹੜੀਆਂ ਚੇਂਜ ਹੋ ਚੁੱਕੀਆਂ ਨੇ, ਲੈ ਜੀ 9 ਤੇ 5 ਆ ਸਕੋਰ ਬਈ, 10-5 ਤੋਂ ਸਾਈਡਾਂ ਚੇਂਜ ਆ ਜੀ। ਮੈਂ ਵੀ 10-5 ਦਾ ਮੁਕਾਬਲਾ ਅਗਰ ਦਾ ਫਰਕ ਹੈ ਨਾਲ ਹੀ ਲਵੇ ਨਖਵਾਲੀ ਦਾ ਜਿਹੜਾ ਅੱਜ ਮਾਨ ਸਨਮਾਨ ਗੁਰਾਂ ਦੇ ਲਾਲ ਨੇ ਬਖਸ਼ਿਆ ਨਾ ਉਹਨੇ ਸਾਰੀ ਜ਼ਿੰਦਗੀ ਚੇਤੇ ਰਹਿਣਾ ਮੇਰਾ ਵੀ। ਹਰ ਜਿਹੜੀ ਪਾਰਟੀ ਅੱਜ ਗੁਰਲਾਲ ਨੇ ਕਰਤੀ ਦਾ ਤੇ ਮੇਰੇ ਮਿੱਤਰੋਂ ਵੀ ਗੱਲਾਂ ਜਦੋਂ ਵੱਖਰੀਆਂ ਹੁੰਦੀਆਂ ਨੇ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ। ਸਾਡੀ ਜ਼ਿੰਦਗੀ ਦਾ ਮਾਣ, ਜ਼ਿੰਦਗੀ ਦੇ ਕਹਿੰਦੇ ਰੰਗਲੇ ਸੱਜਣਾਂ ਦੇ ਵਿੱਚੋਂ ਇੱਕ ਨੇ, ਉਹਨਾਂ ਦੇ ਵੱਲੋਂ ਵੱਡੇ ਮਾਣ ਪਿਆਰ ਵੀ ਆਏ ਆ। ਬਹੁਤ ਬਹੁਤ ਮੈਂ ਧੰਨਵਾਦ ਕਰਾਂਗਾ। ਔਰ ਅੱਜ ਦੇ ਸਿੱਖ ਟੂਰਨਾਮੈਂਟ ਦੇ ਵਿੱਚ ਬਹੁਤ ਵੱਡੇ ਯੋਗਦਾਨ ਵੀ ਆਇਆ ਜਿਹੜਾ ਕੋਈ ਉਹਨਾਂ ਨੇ ਕਰਤਾ ਜੀ ਤੇ ਮੇਰੇ ਮਿੱਤਰ ਸਾਰੇ ਚੇਤੇ ਰਹੇਗਾ। ਮੇਰਾ ਧਰਮਗੜ੍ਹ ਦਾ ਇੱਧਰ ਨੰਬਰ ਇੱਕ ਹੋਰ ਵੱਧ ਗਿਆ ਹੌਲੀ ਹੌਲੀ ਕਰਕੇ ਮੁੰਡੇ ਕਹਿੰਦੇ ਜਿਹੜੇ ਮੇਰੇ ਤੇਰੇ ਜਿਹੜੇ ਲੱਗਦੇ ਜਾਂਦੇ ਆ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਾਂਗਾ। ਉਧਰ ਸੰਦੀਪ ਕਨੇਡਾ ਜੀ ਇਹ ਦੇਖੀ ਕਿਤੇ ਟੂਣਾ ਤਾਂ ਨੀ ਗਿਆ ਮਿਲਿਆ, ਸੱਤਾਂ ਦੀਆਂ ਸਰੀਆਂ ਤੇ ਰੋਜ ਮਿਲਦੇ ਆ ਕਈ ਡਿਗਰੀ ਦੀ ਤਾਰ ਸਹਿਤ ਕੀਤੀ ਹੋਈ ਆ। ਫੇਰ ਕਦੋਂ ਟੱਕਰਾਂ ਦਾ ਗੋਹਾ ਫਿੱਕਦੇ ਆ ਉਹ ਸੁਪਨੇ ਚ ਕਾਹਤੋਂ ਮਿਲੇ, ਰੋਣ ਟੁੱਟੀਆਂ ਡੱਪਾ ਕਾਹਤੋਂ ਦਿਸੇ, ਸਰਫਾਸ ਜਹਿਰ ਦਾ ਤੇ ਕੌਰ ਨਾਲ ਦੇਖੀ ਮੇਰੇ ਹੱਥ ਫੰਡ ਦਾ ਲੱਗ ਕਦੋਂ ਦਾ ਸ਼ੱਕ ਦੇ ਦਾ ਸ਼ਹਿਰ ਦਾ ਵੀ ਕੌਰ ਨਾਲ ਦੇਖੀ ਮੇਰੇ ਹੱਥ ਫੰਡ ਦਾ ਲੱਗ ਕਦੋਂ ਦਾ ਸ਼ੱਕ ਕਨੇਡਾ ਸ਼ਹਿਰ ਦਾ। ਮੈਂ ਤੁਹਾਨੂੰ ਧੰਨਵਾਦ ਕਰਦੇ ਹਾਂ ਉਹਦੇ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਸਾਡਾ ਵੱਡਾ ਬਾਈ ਮੈਂ ਮੁਬਾਰਕ ਵਾਲਾ ਨਬੇੜੀ ਅੰਦਰ ਸੇਵ ਪ੍ਰਧਾਨ ਤੈਨੂੰ ਵੀ ਮਿਲਦੇ ਮੈਂ ਤੇ ਵੀਰ ਕਹਿੰਦੇ ਆ ਵੀ ਆਉਣ ਵਾਲੇ ਕਿਸੇ ਵੀ ਵੱਡੇ ਮੇਲੇ ਤੇ ਔਰ ਆਪਣਾ ਨਬੇੜੀ ਅੰਦਰ ਸੇਵ ਪ੍ਰਧਾਨ ਦਾ ਵਿਸ਼ੇਸ਼ ਸਨਮਾਨ ਜਿਹੜਾ ਉਹ 3000 ਦੀ ਨਗਦ ਰਾਸ਼ੀ ਦੇ ਨਾਲ ਕਰਨਾ। ਉਹ ਕਹਿੰਦੇ ਵੀ ਜਲ ਪਾਣੀ ਵਾਲੇ ਭਰਾਵਾਂ ਦਾ ਅਪਮਾਨ ਕਰਿਆ ਕਰਨਾ ਵੀ ਵੀਰ ਜਿਹੜੇ ਮਿਹਨਤ ਕਰਦੇ ਆ ਔਰ ਧੰਨਵਾਦ ਵੀਰਿਆ ਬਹੁਤ ਵੱਡੀ ਮਿਹਨਤ ਆ ਤੁਹਾਡੀ, ਕਦੇ 1 ਨੰਬਰ ਗਰਾਊਂਡ ਕਦੇ 2 ਦੇ ਵਿੱਚ ਕਦੇ 3 ਚ ਔਰ ਕਦੇ 4 ਦੇ ਵਿੱਚ ਤੇ ਤੁਸੀਂ ਦੇਖਦੇ ਜ਼ਰੂਰ ਹੋ ਤੁਹਾਡਾ ਕਿਹੜਾ ਤੁਹਾਨੂੰ ਧੰਨਵਾਦ ਪਾਣੀ ਵਾਲੇ ਵੀਰਾਂ ਦਾ ਧੰਨਵਾਦ ਹੈ।
ਬਹੁਤ ਬਹੁਤ ਧੰਨਵਾਦ। ਇਹਦੇ ਕੋਲ ਹੈਰੀ ਉੱਠ ਗਿਆ ਕਿ ਹੈਰੀ ਉੱਠੀ ਗਿਆ ਨੇ ਇੱਥੇ ਜੀ ਵੀ ਤੁਹਾਡੀ ਹੈਰੀ ਵਾਹ ਓਏ ਵਿਕਾਸ ਯਾਰ ਗੁੱਡ ਬਾਲ ਯਾਰ ਗੁੱਡ ਯਾਰ ਵਿਕਾਸ ਬਾਰੀਕਾ ਸਕੋਰ 7-11 ਨੇ ਗਗਨ 8-11 ਨੇ ਗਗਨ ਵੀਰੇ 8-11 8 ਹਰਪੁਰ ਤੇ 11 ਸਕੋਰ ਨੇ ਯੂਪੀ ਸ਼ਾਸਤਰੀ ਦੇ ਜੀ ਫਸਟ ਪ੍ਰਾਈਜ 31,000 ਆ ਵੀਰੇ ਓਕੇ ਓਕੇ ਗਗਨ ਗੱਗੀ ਵੀਰੇ ਗੁੱਡ ਸਵੀਰ ਯਾਰ ਗੁੱਡ ਟਰਾਈ ਹੋਈ ਲੈ 9-11 ਹੋ ਗਏ ਪੁਆਇੰਟ ਬਾਈਕ ਨਹੀਂ ਠੀਕ ਹੈ ਬਹੁਤ ਬਹੁਤ ਧੰਨਵਾਦ ਲੈ 9-11 ਦੀ ਟੱਕਰ ਹੋ ਗਈ 9 ਪੁਆਇੰਟ ਆ ਜਿਹੜੇ ਹਰ ਰਾਜਪੁਰ ਦੀ ਟੀਮ ਦੇ ਔਰ 11 ਨੰਬਰ ਜਿਹੜੇ ਇਧਰਲੇ ਪਾਸੇ ਯੂਪੀ ਸ਼ਾਸਤਰੀ ਦੀ ਟੀਮ ਦੇ ਨੇ ਪਰ ਸਾਹਮਣੇ 25 ਇੱਕ ਹੋਰ ਤੌਰ ਤੇ ਨੰਬਰ ਮੁੰਡਾ ਨੇ ਜੋੜ ਦਿੱਤਾ ਹੈ ਇੱਧਰ 11 ਤੇ ਇੱਧਰ 9 ਉੱਡੀਆਂ ਪੁਆਇੰਟਾਂ ਦੀ ਖੇਡ ਆ ਹਾਲੇ ਵੀ ਦਿੱਲੀ ਤੇ ਫਰੀ ਗੋਲ ਆ ਹਾਲੇ ਵੀ ਪਤਾ ਪਤਾ ਵੀ ਕਿਹੜੀ ਟੀਮ ਨੇ ਜਿੱਤਣਾ ਤੇ ਕਿਹੜੀ ਟੀਮ ਨੇ ਸਿੱਖਣਾ ਹਾਲੇ ਤੇ ਬਹੁਤ ਸਮਾਂ ਲੱਗ ਜਾਣਾ ਔਰ ਉੱਧਰਲੇ ਪਾਸੇ ਮੇਰੇ ਮਿੱਤਰੋ ਮੈਂ ਵੀ ਬਿਲਕੁਲ ਦੇਖ ਲਾ ਤੇਰੇ ਪਿਛਲੇ ਪਾਸੇ ਦੇ ਰੌਲਾ ਕੋਈ ਵੱਡਾ ਪਿਆ ਲੱਗਦਾ ਮੈਨੂੰ ਆਪਣੇ ਕਮਾਲ ਹੋ ਗਈ ਹੈ ਉੱਧਰਲੇ ਪਾਸੇ ਵੀ ਮੇਰੇ ਮਿੱਤਰੋ ਵੀ ਲਾਰਾ ਲਾਣਾ ਹੋ ਗਈ ਖਾਣਾ ਗਿਆ ਹੱਥ ਜੀ ਤੇ ਘਰੇ ਘੜੀ ਤੋੜ ਤੇ ਸੱਜਾ ਤੇ ਮੰਗ ਜੀ ਪੈ ਗਏ ਫੱਬੇ ਕੁੱਲ ਫੱਬੇਵਾਰ ਦੀ ਤੇ ਸ਼ੁਰੂ ਹੋ ਗਈ ਫੇਰ ਤੋਂ ਹਰਵਿੰਦਰ ਭਰਾ ਸਾਡਾ ਯੂਕੇ ਤੋਂ ਵੀ ਲਾਈਵ ਜਿਹੜਾ ਹੋਇਆ ਤੇ ਨਾਲ ਲਵਦੀਪ ਕਨੇਡਾ ਗੱਜੀ ਗੁਲਾਬ ਸਿੰਘ ਵਾਲੇ ਨਗਰ ਤੋਂ ਵੀ ਲਾਈਵ ਜਿਹੜਾ ਭਰਾ ਸਾਡਾ ਉਹ ਵੀਰ ਦਾ ਦਿੱਤਾ ਚਲੋ ਧੰਨਵਾਦ ਹੈ ਕਹਿੰਦਾ ਪੂਰਾ 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 ਹੁਣ ਸਾਨੂੰ ਮਾਫ ਕਰੋ ਸਾਡਾ ਟਾਈਮ ਹੋ ਗਿਆ ਪੂਰਾ ਇਹ ਮੈਨੂੰ ਲੱਗਦਾ ਵੀ ਤਾਂ ਹੀ ਇੱਧਰ ਰਿਵਰ ਕੱਟ ਗਿਆ ਛੋਟੀ ਦੀ ਕਮਾਨ ਦਾ ਪੁਆਇੰਟ ਇੱਕ ਹੋਰ ਜੋੜ ਦਿੱਤਾ ਆਪਣੀ ਟੀਮ ਦੇ ਲਈ
ਗੁਰਲਾਲ ਦੇ ਲਵਾਈ ਬੈਠਾ ਸੀਗਾ ਕਰਾ ਜੀਨ ਦਾ ਟੈਮ ਫੋਟੋ ਗਿਆ ਬਾਲ ਉਧਰ ਸੋਖਾ ਫੋਟੋ ਵਾਲੀ ਆ ਸਾਡੀ ਖੇਡ ਵਾਲੀਬਾਲ ਦਾ ਘਰ ਕਹਿੰਦੇ ਲੋਕੀ ਹੈ ਆਸਟ੍ਰੇਲੀਆ ਵਾਲਾ ਉਹ ਵੀ ਕਹਿੰਦੇ ਲਾਈਨ ਤੇ ਆ ਗਿਆ ਹੈ ਥੰਮਣ ਵਾਲੀ ਸੁੱਖਾ ਵੀ ਸਾਡਾ ਭਰਾ ਲਾਈਨ ਤੇ ਆ ਗਿਆ ਹੈ ਅਰਜੇ ਦੇ ਮੁੰਡੇ ਨੇ ਪਾਲਾਂ ਲਾਈਆਂ ਤੇ ਅੱਜ ਵੀ ਲੋਕ ਚੇਤੇ ਕਰਦੇ ਹੈ ਮੈਂ ਵੀ ਸੁੱਖਿਆ ਤੇਰਾ ਵੀ ਬਹੁਤ ਬਹੁਤ ਧੰਨਵਾਦ ਆ ਵੀ ਥੰਮਣ ਵਾਲੇ ਪਿੰਡੋਂ ਮੁੰਡਾ ਇੱਥੇ ਆ ਕਮਾਲ ਦਾ ਤੇ ਸੁੱਖੂ ਨਾਮਾ ਗਾਂਧੀਵਾਲ ਦੇ ਸੱਜਰੇ ਤੂਫਾਨ ਦਾ ਖੇਡ ਦਾ ਸਦਾ ਹੀ ਖੇਡ ਭਾਵਨਾ ਦੇ ਨਾਲ ਜਿੱਤ ਹਾਰ ਨੂੰ ਮਨ ਕੇ ਵਿਚਾਰਦਾ ਛੋਟਾ ਵੀਰੋ ਵੀ ਲਾਈ ਤੇ ਆ ਗਿਆ ਅੱਜ ਕੱਲ ਕਹਿੰਦੇ ਆਸਟ੍ਰੇਲੀਆ ਦੇ ਗਰਾਊਂਡਾਂ ਦੇ ਵਿੱਚ ਸਰਮਾਰੀ ਜਾਂ ਢਿੱਲੋ ਵੀ ਚਰਚੇ ਹੈ ਔਰ ਉਧਰ ਗੁੱਡੇ ਵੀ ਭਰਾ ਲਾਈ ਜਿਹੜੇ ਬੈਠੇ ਆ ਕੱਲੇ ਕੱਲੇ ਭਰਾ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਾਂਗਾ ਬਾਲ ਇੰਨਾ ਨੰਬਰ ਇੱਕ ਹੋਰ ਵਧਿਆ ਕਿੰਨੇ ਕਿੰਨੇ ਦੇ ਜੀ ਪੁਆਇੰਟ ਦੱਸੀ ਗੁਰਲਾਲ ਇੱਕ ਵਾਰੀ ਕਿੰਨੇ ਕਿੰਨੇ ਬਾਈ ਜੀ 13 ਤੇ 11 ਦੀ ਖੇਡ ਖੇਡੀ ਜਾ ਰਹੀ ਹੈ ਲਹਿਰੀ ਨੰਬਰ ਇੱਕ ਹੋਰ ਵੱਧ ਗਿਆ ਸਾਰੀਆਂ ਟੀਮਾਂ ਜਿੰਨੀਆਂ ਵੀ ਟੀਮਾਂ ਨੇ ਅੱਜ ਇਸ ਖੇਡ ਟੂਰਨਾਮੈਂਟ ਵਿੱਚ ਹਿੱਸਾ ਲਿਆ ਬੇਸ਼ੱਕ ਉਹ ਮੈਚ ਮੁੰਡੇ ਲੂਜ਼ ਕਰ ਗਿਆ ਪਰ ਜਿਹੜੀਆਂ ਟੀਮਾਂ ਸੈਮੀ ਸਾਰੇ ਲਾਈਵ ਵਾਲੇ ਭਰਾਵਾਂ ਦਾ ਬਹੁਤ ਧੰਨਵਾਦ ਸਾਊਂਡ ਵਾਲੇ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਨੇ ਅੱਜ ਇਸ ਖੇਡ ਟੂਰਨਾਮੈਂਟ ਵਿੱਚ ਬਹੁਤ ਵੱਡੀ ਰੌਣਕ ਲਈ ਰੱਖੀ ਜਿਹੜੇ ਭਰਾ ਨੇ ਬੜੀ ਰੀਤ ਨਾਲ ਜਿਹੜਾ ਖੇਡ ਮੇਲਾ ਉਹ ਭਰਾਵਾਂ ਨੇ ਮੇਰੇ ਮਿੱਤਰ ਖੇਡਣ ਲਈ ਗਰਾਊਂਡ ਬਣਾਏ ਆ ਉਹਨਾਂ ਦੀ ਬਹੁਤ ਵੱਡੀ ਮਿਹਨਤ ਹੈ ਬੱਚੇ ਵਾਲੀਆਂ ਤਰਸੇਮ ਪ੍ਰਧਾਨ ਤੇ ਨਾਲ ਸੰਧੂ ਵਾਲੀ ਹੈਰੀ ਜਿਹੜੇ ਭਰਾ ਨੇ ਸੁਬਹਾ ਤੋਂ ਲੈ ਕੇ ਬਹੁਤ ਵੱਡੀ ਹਾਜ਼ਰੀ ਭਰੀ ਹੈ ਔਰ ਵੀਰ ਸਾਡਾ ਕਹਿ ਰਿਹਾ ਵੀ ਸੁਬਹਾ 9 ਵਜੇ ਦੇ ਆਏ ਬੈਠੇ ਆ ਤੇ ਬਹੁਤ ਬਹੁਤ ਮੈਂ ਧੰਨਵਾਦ ਕਰਾਂਗਾ ਅੱਜ ਕੋਹਰੀਆਂ ਦੀ ਧਰਤੀ ਤੇ ਜਾਣਾ ਹੈਰੀ ਨੇ ਕਹਿੰਦੇ ਕਾਸਟੋ ਕ੍ਰਿਕਟ ਹੋਵੇ ਕਬੱਡੀ ਹੋਵੇ ਭਾਵੇਂ ਵਾਲੀਬਾਲ ਹੋਵੇ ਤੇ ਮੇਲਾ ਹੈਰੀ ਕੋਈ ਵੀ ਨੀ ਛੱਡਦਾ 15-11 ਨੀ ਸ਼ਾਇਦ ਵੀਰੇ ਤਿੰਨ ਦੀ 15-11 ਓਏ ਬਾ ਓਏ ਤਾਊ ਯਾਰ ਮਿਸ ਕਰ ਗਿਆ ਬਾਲੀ ਪੜਦੀ 15 ਓਏ 16 16-11 ਨੇ ਤਿੰਨ ਦੀ ਵੀਰੇ ਆਪੇ
ਵੀ ਵਿਕਾਸ ਤੇਰੇ ਯਾਰ ਗਿਆਰਾਂ ਸੋਲਾਂ ਜੀ ਥੋੜਾ ਵਾਜੋ ਕਰਦੇ ਵਾਲੇ ਫੈਸਲੇ ਕਰਨੇ ਆਪਾਂ ਸਾਹਮਣੇ ਆ ਕਹਿੰਦੇ ਪਾਰੇ ਕਹਿੰਦਾ ਵਿਕਾਸ ਮੇਰੇ ਮਿੱਤਰੋ ਬਾਰਾਂ ਤੇ ਸੋਲਾਂ ਦੀ ਖੇਡ ਆ ਤਿੰਨ ਇੱਕ ਪੁਆਇੰਟਾਂ ਦੀ ਖੇਡ ਜਿਹੜੀ ਉਹ ਗਰਾਊਂਡ ਦੇ ਅੰਦਰ ਬਾਕੀ ਆ ਮੇਰੇ ਮਿੱਤਰਾਂ ਵੀ ਉਹ ਜਿਹੜਾ ਬੈਠਾ ਬਾਬਾ ਪੀਲ ਚੇਅਰ ਤੇ ਕਦੇ ਹੋਣਾ ਬਾਬਾ ਤੁਹਾਡੀ ਪਾਣੀ ਖੇਡਦਾ ਅੱਖਾਂ ਵਿੱਚ ਜੀਰੇ ਅੱਜ ਹੈ ਨੀ ਜੋਤ ਬਈ ਫਿਰਦਾ ਸੀ ਮੇਲਿਆਂ ਤੇ ਕਦੇ ਮਿਲਦਾ ਹੋਣਾ ਨੀ ਜਵਾਨੀ ਵੇਲੇ ਤਾਪ ਚੜਿਆ ਤੇ ਅੱਜ ਜੀ ਦੇ ਪੋਜੇ ਤੇ ਦਵਾਈਆਂ ਰਹਿੰਦੀਆਂ ਸਦਾ ਨਾ ਹਾਲਾਤ ਰਹਿੰਦੇ ਆਮ ਮਾਰੇ ਸਦਾ ਨਿਯਮਿਤ ਚੜ੍ਹਾਈਆਂ ਰਹਿੰਦੀਆਂ ਔਰ ਸਦਾ ਨਾ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਤੇ ਸਦਾ ਦੀਆਂ ਸੱਜਣ ਚੜ੍ਹਾਈਆਂ ਰਹਿੰਦੀਆਂ ਤੇਰਾਂ ਤੇ ਸੋਲਾਂ ਦੀ ਟੱਕਰ ਫਿਰ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ ਤਿੰਨ ਪੁਆਇੰਟਾਂ ਦਾ ਇੱਧਰ ਫਰਕ ਹੈ ਤੇ ਚਿਰ ਤੇ ਹੋਣਗੇ ਆ ਕਹਿੰਦੇ ਵਾਰੇਕਾ ਪਿੰਡਾਂ ਵਿਕਾਸ ਦਾ ਝਮੜ ਦੇ ਮੇਲੇ ਦਾ ਗੱਭਰੂ ਪੈਸਟ ਸ਼ੂਟ ਹੋਣਾ ਮਾਣ ਹਸਲਾ ਮੁੰਡੇ ਨੂੰ ਤੇ ਗੱਭਰੂ ਦੀ ਚੜ੍ਹਤ ਬੜੀ ਚੜ੍ਹਾਈ ਆ ਗਲਤੀ ਕਰ ਗਿਆ ਬਖਸ਼ੀ ਸਾਡੇ ਵੀਰ ਨੇ ਤੇ ਇੱਕ ਪਾਰੀ ਵੀ ਨੀ ਆ ਗੱਲ ਬੋਲਣੀ ਪਈ ਵੀ ਬਾਈ ਕੱਟ ਮਾਰਦਾ ਐਵੇਂ ਹੁੰਦਾ ਉਹ ਹੁੰਦਾ ਨਹੀਂ ਤੇ ਬਸ ਸਾਡੇ ਵਰਗੇ ਬੁਲਾਰੇ ਜਿਹੜੇ ਬਸਕਲੀਆਂ ਇਹਦੀਆਂ ਗੱਲਾਂ ਦੀ ਸਾਰਾ ਟੂਰਨਾਮੈਂਟ ਲੰਘ ਜਾਂਦਾ ਬਾਈ ਐ ਕਰ ਦੋ ਬਾਈ ਉਹ ਕਰ ਦੋ ਔਰ ਤਹਿ ਦਿਲੋਂ ਧੰਨਵਾਦ ਬਾਈ ਗੱਡੀ ਵਸਾਉਣ ਵਾਲੇ ਸਾਡੇ ਵੀਰ ਦਾ ਔਰ ਜਿਹੜੇ ਭਰਾ ਨੇ ਇੰਨੀ ਸੋਹਣੀ ਆਵਾਜ਼ ਇਸ ਗਰਾਊਂਡ ਬਖਸ਼ੀ ਹੈ ਬਾਕੀ ਬਹੁਤ ਵੱਡਾ ਧੰਨਵਾਦ ਦਾ ਨਾਲ ਕੋਈ ਜੋਤ ਹੋਣੀ ਸੁਚੈਨ ਵਰਗੇ ਬਾਈ ਬੱਬੂ ਹੋਣੀ ਸੁਖਦੀ ਆ ਭਰਾ ਸਾਡਾ ਬਲਜੀਤ ਸਤਪਾਲ ਗਗਨ ਹੋਣੀ ਨਾਲ ਬੀਤੂ ਆ ਭਰਾ ਸਾਡਾ ਹਰਪ੍ਰੀਤ ਤੇ ਨਾਲ ਬਾਈ ਕਰਨ ਵਰਗੇ ਭਰਾ ਵੱਡੇ ਕਦੇ ਮਾਨ ਪਿਆਰਾ ਔਰ ਚਾਂਦੀ ਦੀਆਂ ਟੇਨਾਂ ਦੇ ਕਿਹੜੇ ਦਸਤ ਬਣਨਗੇ ਗੁਰਲਾਣੇ ਤੇ ਮੋਕਾ ਦੱਸੂ ਦਾ ਮਾਜਰੇ ਵਾਲਾ ਤਿਆਰ ਹੈ ਬਾਕੀ ਕਹਿੰਦੇ ਮਾਜਰੇ ਦਾ ਤਿਆਰ ਬਾਰ ਤਿਆਰਾ ਨੰਬਰ ਲਾਸਟ ਔਰ ਨੰਬਰ ਲਾਸਟ ਨੰਬਰ ਲਾਸਟ ਦੇਖੋ ਕਾਲ ਮੋੜ ਦਾ ਆਪਣੀ ਟੀਮ ਦੇ ਲਈ ਔਰ ਪੰਤ ਨੇ ਫੈਸਲੇ ਕਰਦੇ ਨੇ ਮਿੱਤਰਾ ਜੇ ਹੁਣ ਕਿਤੇ ਸਮੈਸ ਲੱਗ ਕੇ ਨੰਬਰ ਦੇ ਵੱਡੇ ਰੋਡ ਤੇ ਚੜੂੰਗੇ।